ਹਾਂਜੀ ਸਰ, ਕੀ ਅੱਜ ਜਿਹੜੀ ਕਾਰਵਾਈ ਹੋਈ ਆ, ਮੰਤ ਨਹੀਂ ਫੜੇ ਆ ਜਿਹੜੇ ਰਾਵਤੀ ਤੋਂ, ਕੀ ਕੇਸ ਹੈ? ਜੀ ਅੱਜ ਸਵੇਰੇ ਸਾਨੂੰ ਮਾਣਯੋਗ SC ST ਕਮਿਸ਼ਨ ਚੰਡੀਗੜ੍ਹ ਉੱਥੋਂ ਇੱਕ ਰਿਟਨ ਕੰਪਲੇਂਟ ਰਿਸੀਵ ਹੋਈ ਸੀਗੀ। ਮੈਂਬਰ ਨੇ ਕਮਿਸ਼ਨ ਦੇ ਸਰਦਾਰ ਤਰਸੇਮ ਸਿੰਘ ਸਿਆਲਕਰ, ਉਹਨਾਂ ਵੱਲੋਂ ਇੱਕ ਰਿਟਨ ਕੰਪਲੇਂਟ ਰਜਿਸਟਰ ਕੀਤੀ ਗਈ ਇੱਥੇ ਥਾਣਿਆਂ ਦੇ ਹੋ ਕੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰਜੀਤ ਕੌਰ ਅਤੇ ਲਖਵਿੰਦਰ ਕੌਰ ਨਾਮ ਦੀਆਂ ਦੋ ਲੇਡੀਜ਼ ਨੇ ਜਿਹੜੀਆਂ ਕਿ ਜ਼ਿਲ੍ਹਾ ਬਟਾਲਾ ਪੁਲਿਸ ਡਿਸਟ੍ਰਿਕਟ ਬਟਾਲਾ ਨੂੰ ਬਿਲੋਂਗ ਕਰਦੇ ਨੇ ਗੁਰਦਾਸਪੁਰ ਨੂੰ, ਅਤੇ ਇਹਨਾਂ ਨੂੰ ਨਾ ਇੱਥੇ ਰਾਮਕਿਰਤ ਮੰਦਿਰ ਦੇ ਅੰਦਰ ਬੰਦੀ ਬਣਾ ਕੇ ਰੱਖਿਆ ਗਿਆ, ਅਤੇ ਇਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਸਰੀਰਕ ਸ਼ੋਸ਼ਣ ਹੈ ਉਹ ਕੀਤਾ ਜਾ ਰਿਹਾ ਇਸ ਮੰਦਿਰ ਦੇ ਅੰਦਰ। ਵੱਖ ਵੱਖ ਕਮਰਿਆਂ 'ਚ ਰੱਖ ਕੇ ਮੈਂ ਤੁਰੰਤ ਹੀ ਸਵੇਰੇ SHO ਲੋਕੋ ਕੇ ਸਰਾਰ ਭਾਰਤ ਸਿੰਘ ਅਤੇ ਜ਼ਿਲ੍ਹੇ ਦੇ ਹਾਂਜੀ ਸਰ, ਕੀ ਅੱਜ ਜਿਹੜੀ ਕਾਰਵਾਈ ਹੋਈ ਆ, ਮੰਤ ਨਹੀਂ ਫੜੇ ਆ ਜਿਹੜੇ ਰਾਵਤੀ ਤੋਂ, ਕੀ ਕੇਸ ਹੈ ਇਹਨਾਂ ਦਾ? ਜੀ ਅੱਜ ਸਵੇਰੇ ਸਾਨੂੰ ਮਾਣਯੋਗ SC ST ਕਮਿਸ਼ਨ ਚੰਡੀਗੜ੍ਹ ਉੱਥੋਂ ਇੱਕ ਰਿਟਨ ਕੰਪਲੇਂਟ ਰਿਸੀਵ ਹੋਈ ਸੀਗੀ। ਮੈਂਬਰ ਨੇ ਕਮਿਸ਼ਨ ਦੇ ਸਰਦਾਰ ਤਰਸੇਮ ਸਿੰਘ ਸਿਆਲਕਰ ਜੀ, ਉਹਨਾਂ ਵੱਲੋਂ ਇੱਕ ਰਿਟਨ ਕੰਪਲੇਂਟ ਰਜਿਸਟਰ ਕੀਤੀ ਗਈ ਇੱਥੇ ਥਾਣਿਆਂ ਲੋਕ ਹੋ ਕੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰਜੀਤ ਕੌਰ ਅਤੇ ਲਖਵਿੰਦਰ ਕੌਰ ਨਾਮ ਦੀਆਂ ਦੋ ਲੇਡੀਜ਼ ਨੇ ਜਿਹੜੀਆਂ ਕਿ ਜ਼ਿਲ੍ਹਾ ਬਟਾਲਾ ਪੁਲਿਸ ਡਿਸਟ੍ਰਿਕਟ ਬਟਾਲਾ ਨੂੰ ਬਿਲੋਂਗ ਕਰਦੇ ਨੇ ਗੁਰਦਾਸਪੁਰ ਨੂੰ, ਅਤੇ ਇਹਨਾਂ ਨੂੰ ਇੱਥੇ ਰਾਮਕਿਰਤ ਮੰਦਿਰ ਦੇ ਅੰਦਰ ਬੰਦੀ ਬਣਾ ਕੇ ਰੱਖਿਆ ਗਿਆ, ਅਤੇ ਇਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਸਰੀਰਕ ਸ਼ੋਸ਼ਣ ਹੈ ਅਤੇ ਉਹ ਕੀਤਾ ਜਾ ਰਿਹਾ ਇਸ ਮੰਦਿਰ ਦੇ ਅੰਦਰ, ਅਤੇ ਉਹਨਾਂ ਨੇ ਸਾਨੂੰ ਇਹ ਆਪਣੀ ਦਰਖਾਸਤ ਦੇ ਵਿੱਚ ਦਿੱਤਾ ਸੀਗਾ ਕਿ ਇਹਨਾਂ ਦੇ ਇਹਨਾਂ ਨੂੰ ਇਹਨਾਂ ਇੱਥੋਂ ਰੈਸਕਿਊ ਕੀਤਾ ਜਾਏ ਅਤੇ ਜੋ ਬਣਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾਵੇ। ਬੇਸਡ ਔਨ ਦੈਟ ਐਪਲੀਕੇਸ਼ਨ ਅਸੀਂ ਆਪਣੇ ਸੀਨੀਅਰ ਆਫਿਸਰਸ ਦੇ, ਕਿਉਂਕਿ ਮਾਮਲਾ ਬਹੁਤ ਸੰਗੀਨ ਸੀਗਾ, ਅਸੀਂ ਆਪਣੇ ਸੀਨੀਅਰ ਆਫਿਸਰਸ ਦੇ ਧਿਆਨ ਵਿੱਚ ਲਿਆਂਦਾ। SP ਹੈੱਡਕੁਆਰਟਰ ਮੈਡਮ ਅਮਨਦੀਪ ਕੌਰ ਮੌਕੇ 'ਤੇ ਆਏ, ਅਸੀਂ ਡਿਸਟ੍ਰਿਕਟ ਆਪਣੇ ਡਿਊਟੀ ਮੈਜਿਸਟਰੇਟ ਜਿਹੜੇ ਹੈਗੇ ਨੇ ਨੈਬ ਤਹਿਸੀਲਦਾਰ ਜਗਸੀਰ ਸਿੰਘ ਜੀ, ਉਹਨਾਂ ਨੂੰ ਮੌਕੇ 'ਤੇ ਬੁਲਾਇਆ, ਅਤੇ ਨਾਲ SC ST ਕਮਿਸ਼ਨ ਦੇ ਮੈਂਬਰ ਜਿਹੜੇ ਨੇ ਉਹ ਸਾਡੇ ਨਾਲ ਗਏ। ਉੱਥੇ ਜਾ ਕੇ ਇਹ ਦੋ ਲੇਡੀਜ਼ ਜਿਹੜੀਆਂ ਨੇ, ਗੁਰਜੀਤ ਕੌਰ ਵਾਈਫ ਆਫ ਗੁਰਜੰਟ ਸਿੰਘ, ਮਛਬੀ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੀਆਂ ਨੇ, ਪਿੱਛੋਂ ਇਹਨਾਂ ਦਾ ਪਿੰਡ ਹੈਗਾ ਤਲਵੰਡੀ ਭਰਤਵਾਲ, 25 ਈਅਰਸ ਦੇ ਇਹਨਾਂ ਦੀ ਏਜ ਹੈ, ਇਹਨਾਂ ਨੂੰ ਉੱਥੋਂ ਰਿਕਵਰ ਕੀਤਾ ਗਿਆ। ਨਾਲ ਹੀ ਉੱਥੇ ਲਖਵਿੰਦਰ ਕੌਰ ਹੈ ਵਾਈਫ ਆਫ ਲੇਟ ਲਾਲ ਸਿੰਘ ਜੀ, ਇਹ ਵੀ ਜਾਂਗਲਾ ਪਿੰਡ ਹੈ ਇਹਨਾਂ ਦਾ ਵੀ, ਘਣੀ ਕੇ ਬਾਂਗਰ ਥਾਣਾ ਪੈਂਦਾ ਬਟਾਲੇ ਵਿੱਚ, ਇਹਨਾਂ ਨੂੰ ਉੱਥੋਂ ਰਿਕਵਰ ਕੀਤਾ ਗਿਆ। ਉੱਥੇ ਇਹਨਾਂ ਦੀ ਸਟੇਟਮੈਂਟਸ ਰਿਕਾਰਡ ਕੀਤੀਆਂ ਗਈਆਂ, ਜਿਨ੍ਹਾਂ ਸਟੇਟਮੈਂਟਸ ਦੇ ਵਿੱਚ ਇਹਨਾਂ ਨੇ ਆਪਣੀ ਸਟੇਟਮੈਂਟਸ ਵਿੱਚ ਨੋਟ ਕਰਾਇਆ ਕਿ ਪਿਛਲੇ 5-6 ਮਹੀਨੇ ਪਹਿਲਾਂ ਉਹ ਇੱਥੇ ਆਈਆਂ ਸੀਗੀਆਂ ਰਾਮਕਿਰਤ ਮੰਦਿਰ, ਉੱਥੇ ਬਾਬਾ ਨਛੱਤਰਨਾਥ ਅਤੇ ਬਾਬਾ ਸੂਰਜਨਾਥ ਵੱਲੋਂ ਇਹਨਾਂ ਨਾਲ ਜਿਹੜਾ ਸਰੀਰਕ ਸ਼ੋਸ਼ਣ ਇਹਨਾਂ ਦਾ ਕੀਤਾ ਗਿਆ, ਉਦੋਂ ਉਸ ਤੋਂ ਬਾਅਦ ਇਹ ਘਰ ਵਾਪਸ ਚਲੇ ਗਈਆਂ। ਇਹਨਾਂ ਨੇ ਉਸ ਸੰਬੰਧੀ ਬਾਬਾ ਗਰਦਾਰੀ ਲਾਲ ਜਿਹੜੇ ਇੱਥੋਂ ਦੇ ਮੁਖੀ ਨੇ ਉਹਨਾਂ ਨੂੰ ਉਸ ਬਾਰੇ ਦੱਸਿਆ, ਉਹਨਾਂ ਨੇ ਉਹਨਾਂ ਨੂੰ ਆਸ਼ਵਾਸਨ ਦਿਲਾਇਆ ਕਿ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ, ਬਟ 9 ਮਹੀਨੇ ਵੀ ਜਾਣ ਦੇ ਬਾਅਦ ਵੀ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀਗੀ। ਫਿਰ ਲੋਕਡਾਊਨ ਦਾ ਪੀਰੀਅਡ ਆ ਗਿਆ, ਲੋਕਡਾਊਨ ਦੇ ਪੀਰੀਅਡ ਦੇ ਵਿੱਚ ਫਿਰ ਆਉਂਦੀਆਂ ਰਹੀਆਂ ਇਹਨਾਂ ਨੂੰ ਕਿਹਾ ਕਿ ਪੁਲਿਸ ਹਜੇ ਬਿਜ਼ੀ ਆ, ਇਹ ਉਹ, ਜਦਕਿ ਇਹੋ ਜਿਹੀ ਇਨਫੋਰਮੇਸ਼ਨ ਕੋਈ ਵੀ ਪੁਲਿਸ ਤੱਕ ਨਹੀਂ ਪਹੁੰਚੀ ਸੀਗੀ, ਸਾਨੂੰ ਕੋਈ ਵੀ ਕੰਪਲੇਂਟ ਨਹੀਂ ਸੀਗੀ। ਫਿਰ ਕੱਲ੍ਹ ਦੀ ਗੱਲਬਾਤ ਹੋਈ ਹੈ ਜੀ, ਕੱਲ੍ਹ ਇਹ ਲੇਡੀਜ਼ ਫਿਰ ਇੱਥੇ ਮੰਦਿਰ ਵਿੱਚ ਆਈਆਂ ਸੀਗੀਆਂ, ਜੋ ਰਾਤੀ ਇਹ ਮੰਦਿਰ ਦੇ ਵਿੱਚ ਸੀਗੀਆਂ, ਰਾਤੀ ਇਹਨਾਂ ਨੇ ਸਟੇਅ ਕੀਤਾ ਉੱਥੇ, ਲੇਟ ਹੋ ਗਈਆਂ ਜਾਂ ਇਹਨਾਂ ਨੂੰ ਕਿਹਾ ਗਿਆ ਉੱਥੇ ਸਟੇਅ ਕਰਨ ਲਈ, ਅਤੇ ਰਾਤੀ ਇਹਨਾਂ ਦੇ ਐਜ਼ ਪਰ ਦਾ ਸਟੇਟਮੈਂਟ ਜਿਹੜੀ ਲੇਡੀਜ਼ ਨੇ ਦਿੱਤੀ ਹੈ ਕਿ ਰਾਤੀ ਗਰਦਾਰੀ ਲਾਲ ਜੀ, ਬਾਬਾ ਜੀ ਅਤੇ ਵਰਿੰਦਰ ਨਾਥ ਜੀ, ਇਹਨਾਂ ਵੱਲੋਂ ਇਹਨਾਂ ਦੋ ਲੇਡੀਜ਼ ਦਾ ਫਿਰ ਤੋਂ ਸਰੀਰਕ ਸ਼ੋਸ਼ਣ ਕੀਤਾ ਗਿਆ। ਬੇਸਡ ਔਨ ਦੇਅਰ ਸਟੇਟਮੈਂਟਸ ਅਸੀਂ FIR ਰਜਿਸਟਰ ਕੀਤੀ ਹੈ। FIR ਨੰਬਰ ਹੈਗਾ 104, ਡੇਟਡ 18/5/2020, ਅੰਡਰ ਸੈਕਸ਼ਨ 376, 346, 506, 379 ਅਤੇ 34 IPC। ਹੁਣ ਇਹ ਲੇਡੀਜ਼ ਦੇ ਸਟੇਟਮੈਂਟਸ ਉੱਤੇ FIR ਰਜਿਸਟਰ ਕਰ ਲਈ ਗਈ ਹੈ। ਲੇਡੀਜ਼ ਦਾ 164 ਦੇ ਬਿਆਨ ਕਰਾਉਣ ਦੇ ਲਈ ਇਹਨਾਂ ਨੂੰ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਹਾਂ। ਗਰਦਾਰੀ ਲਾਲ ਜੀ ਅਤੇ ਵਰਿੰਦਰ ਨਾਥ ਜੀ ਨੂੰ ਅਸੀਂ ਐਪਰੀਹੈਂਡ ਕਰ ਲਿਆ ਸੀਗਾ ਡੇਰੇ ਤੋਂ, ਉੱਥੋਂ ਮੰਦਿਰ ਤੋਂ, ਅਤੇ ਅਗਲੀ ਕਾਰਵਾਈ ਚੱਲ ਰਹੀ ਹੈ, ਇਨਵੈਸਟੀਗੇਸ਼ਨ ਹੋਣੀ ਜੀ। ਇਹ ਜਿਹੜੀਆਂ ਔਰਤਾਂ ਇਹ ਕੱਲ੍ਹ ਦੁਬਾਰਾ ਆਈਆਂ ਸੀ ਫਿਰ? ਹਾਂਜੀ, ਉਹਨਾਂ ਦੇ ਦੱਸਣ ਮੁਤਾਬਕ ਇਹ ਕੱਲ੍ਹ ਆਈਆਂ ਸੀਗੀਆਂ ਡੇਰੇ ਦੇ ਵਿੱਚ ਫਿਰ ਤੋਂ। ਸਰ, ਇਹਨੂੰ ਕਿਸ ਤਰੀਕੇ ਨਾਲ ਸਜਾਇਆ ਗਿਆ ਇੱਥੇ? ਜੀ, ਉਹ ਤਾਂ ਪਹਿਲਾਂ ਵੀ ਇੱਥੇ ਆਉਂਦੀਆਂ ਸੀਗੀਆਂ, ਉਹਨਾਂ ਦੇ ਮਤਲਬ ਹੈ ਤਾਂ ਉਹਨਾਂ ਦੇ
ਚੇਲੇ ਵਾਲੇ ਕੀ ਸੀਗੇ ਪੈਰੋਕਾਰ ਸੀਗੇ ਬਟ ਕੱਲ੍ਹ ਫਿਰ ਇੱਥੇ ਮੇ ਬੀ ਉਹਨਾਂ ਦੇ ਹਜੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਵਿੱਚ ਇਹੀ ਆਇਆ ਕਿ ਉਹਨਾਂ ਨੇ ਜੋ ਦੁਸ਼ਕਰਮ ਉਹਨਾਂ ਦੇ ਨਾਲ 5 ਮਹੀਨੇ ਪਹਿਲਾਂ ਹੋ ਗਿਆ ਸੀਗਾ ਉਹਦੇ ਸੰਬੰਧੀ ਇਹ ਗੁਰਧਾਰੀ ਲਾਲ ਬਾਬਾ ਜੀ ਨੂੰ ਕੰਪਲੇਂਟ ਕਰਦੀਆਂ ਸੀਗੀਆਂ ਕਿ ਉਹਨਾਂ ਦੇ ਖਿਲਾਫ਼ ਭਣਤੀ ਕਾਰਵਾਈ ਕੀਤੀ ਹੈ ਬਟ ਨਹੀਂ ਕੀਤੀ ਗਈ ਤੇ ਨਾ ਹੀ ਉਸ ਬਾਰੇ ਪਰਚਾ ਹੁਣ 4 ਜਣਿਆਂ ਦੇ ਦਰਜ ਹੋਇਆ ਦੋ ਪਹਿਲਾਂ ਦੇ ਦੋ ਅਰੈਸਟ ਹੈ ਜੀ ਹਾਂਜੀ ਦੋ ਅਸੀਂ ਐਸਐਚਪੀ ਸ੍ਰੀ ਵਿਕਰਮਜੀਤ ਸਿੰਘ ਦੁੱਗਲ ਜੀ ਨਾਲ ਫੋਨ ਤੇ ਵੀ ਗੱਲ ਕੀਤੀ ਔਰ ਥਾਣੇ ਉਹਨਾਂ ਨੂੰ ਸੂਚਨਾ ਦੇ ਕੇ ਤੁਰੰਤ ਉੱਥੇ ਰੇਡ ਕਰਵਾਇਆ ਜਿੱਥੇ ਮੌਕੇ 'ਤੇ ਜਾ ਕੇ ਸਾਡੇ ਮੈਡਮ ਐਸਪੀ ਹੈੱਡਕੁਆਰਟਰ ਜਿਹੜੇ ਜਿਨ੍ਹਾਂ ਦੀ ਦੁੱਗਲ ਸਾਹਿਬ ਨੇ ਡਿਊਟੀ ਲਗਾਈ ਉਹ ਸਮੇਤ ਆਪਣੀ ਪੂਰ ਸੰਬੰਧਿਤ DSP SHO ਅਤੇ ਬਾਕੀ ਸੰਬੰਧਿਤ ਲੇਡੀ ਮੁਲਾਜ਼ਮਾਂ ਨਾਲ ਲੈ ਕੇ ਮੌਕੇ 'ਤੇ ਪਹੁੰਚੇ ਜਿੱਥੋਂ ਲੜਕੀਆਂ ਦੇ ਲੰਗਰ ਹਾਲ 'ਚੋਂ ਜਾ ਕੇ ਬਿਆਨ ਲੈ ਕੇ ਬਾਬਾ ਗੁਰਧਾਰੀ ਲਾਲ ਜੀ ਔਰ ਵਰਿੰਦਰ ਨਾਥ ਦੋਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੇ ਤੁਰੰਤ ਜਿਹੜਾ ਆਪਣੀ ਕਸਟਡੀ ਵਿੱਚ ਲਿਆ ਇਹਨਾਂ ਦਾ ਪਹਿਲਾਂ ਵੀ ਆਉਣ ਜਾਣ ਹੈਗਾ ਸੀ ਡੇਰੇ ਦੇ ਵਿੱਚ ਇਹਨਾਂ ਔਰਤਾਂ ਦੇ ਆਮ ਸ਼ਰਧਾਲੂ ਵਜੋਂ ਜਿਹੜਾ ਭਗਵਾਨ ਵਾਲਮੀਕਿ ਸਵਾਮੀ ਜੀ ਦਾ ਤੀਰਥ ਹੈ ਜਿੱਥੇ ਕਿ ਸਮੁੱਚੇ ਵਰਲਡ ਦੀਆਂ ਸੰਗਤਾਂ ਹਮੇਸ਼ਾ ਹੀ ਜਦੋਂ ਵੀ ਉਹਨਾਂ ਦਾ ਟਾਈਮ ਲੱਗਦਾ ਨਤਮਸਤਕ ਹੁੰਦੀਆਂ ਅਤੇ ਸਾਡੇ ਪੰਜਾਬ ਦੇ ਲੋਕ ਜਿਹੜੇ ਭਗਵਾਨ ਵਾਲਮੀਕਿ ਸਵਾਮੀ ਜੀ ਦੇ ਦਰ ਨਾਲ ਜੁੜੇ ਨੇ ਅਤੇ ਉਸੇ ਆਸਥਾ ਨਾਲ ਇੱਥੇ ਆਉਂਦੇ ਸਨ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਕੌਮੀ ਚੇਅਰਮੈਨ ਦਾ ਵੀ ਨਾਂ ਆ ਰਿਹਾ ਜਦੋਂ ਕਿ ਉਹ ਸਮਾਜ ਦੇ ਵਿੱਚ ਆਪਣਾ ਇੱਕ ਸੰਗਠਨ ਬਣਾ ਕੇ ਦਲਿਤਾਂ ਦੇ ਹੱਕ ਦੀ ਹਮੇਸ਼ਾ ਗੱਲ ਕਰਦਾ ਰਿਹਾ ਵਾ ਦੇਖੋ ਜੀ ਇਹ ਤਾਂ ਪੜਤਾਲ ਕਰਨ ਤੋਂ ਬਾਅਦ 'ਚ ਪਤਾ ਲੱਗਾ ਕਿ ਜਿਹੜੇ ਜਿਹੜੇ ਦੋਸ਼ੀ ਜੋ ਇਹ ਲੜਕਿਆਂ ਨੇ ਦੱਸਿਆ ਕਿ ਸਾਡੇ ਨਾਲ ਪਹਿਲਾਂ ਵੀ ਬਾਬਾ ਨਛੱਤਰ ਸਿੰਘ ਜੀ ਜਿਹਨੂੰ ਰਾਜੂ ਵੀਰ ਜੀ ਕਹਿ ਕੇ ਵੀ ਗਿੱਲ ਕਹਿ ਕੇ ਬੁਲਾਉਂਦੇ ਨੇ ਉਹਨਾਂ ਔਰ ਉਹਨਾਂ ਦੇ ਨਾਲ ਇੱਕ ਸੂਰਜ ਨਾਥ ਜਿਹੜੇ ਇਸ ਡੇਰੇ ਨਾਲ ਹੀ ਸੰਬੰਧਿਤ ਉਹਨਾਂ ਵੀ ਬਲਾਤਕਾਰ ਕੀਤਾ ਲੇਕਿਨ ਲਾਕਡਾਊਨ ਹੋਣ ਕਰਕੇ ਮੁਕੰਮਲ ਕਾਰਵਾਈ ਨਹੀਂ ਹੋ ਸਕੀ ਅਤੇ ਆ ਕੁਦਰਤ ਨੇ ਜਿਹਾ ਭਾਣਾ ਵਰਤਾ ਕੇ ਉਹਦਾ ਜਿਹੜਾ ਪਾਪਾਂ ਦਾ ਵੀ ਕੋਈ ਅੰਤ ਹੁੰਦਾ ਆ ਕੱਲ੍ਹ ਸ਼ਾਮ ਨੂੰ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਲੜਕੀਆਂ ਨੂੰ ਬਾਬਾ ਜੀ ਹੁਣਾਂ ਨੇ ਡੇਰੇ ਬੁਲਾਇਆ ਅਤੇ ਸਾਡੀ ਸਮੁੱਚੀ ਟੀਮ ਜਿਹੜੀ ਹਰਕਤ 'ਚ ਆ ਕੇ ਜਿਹੜੇ ਸਵੇਰੇ ਪਤਾ ਸਾਨੂੰ ਰਾਤ ਨੂੰ ਲੱਗ ਗਿਆ ਤਕਰੀਬਨ ਮੈਂ ਆਪਣੇ ਮਨ ਦੀ ਤਸੱਲੀ ਕਰਕੇ ਫਿਰ SSP ਸਾਹਿਬ ਅਤੇ ਸੰਬੰਧਿਤ SHO ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਇਹਦੀ ਸੂਚਨਾ ਦਿੱਤੀ ਜਿਨ੍ਹਾਂ ਨੇ ਇਲਾਕਾ ਮਜਿਸਟਰੇਟ ਜਿਹੜੇ ਨਾਇਬ ਤਹਿਸੀਲਦਾਰ ਆ ਲੋਕੋ ਕੇ ਉਹਨਾਂ ਦੀ ਹਾਜ਼ਰੀ ਸਾਡੇ ਹੁੰਦਿਆਂ ਉਹਨਾਂ ਨੇ ਬਿਆਨ ਲਏ ਅਤੇ ਉੱਥੋਂ ਲੜਕਿਆਂ ਦੋਨਾਂ ਨੂੰ ਬਰਾਮਦ ਕਰਕੇ ਦੋਸ਼ੀਆਂ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕਰਕੇ ਜਿਹੜਾ ਕਸਟਡੀ ਵਿੱਚ ਲਿਆ ਅਤੇ ਜਿਨ੍ਹਾਂ ਦੀ FIR ਹੁਣ ਮੇਰਾ ਖਿਆਲ ਦਰਜ ਹੋ ਜਾਣੀ ਹੋਰ ਥੋੜ੍ਹੀ ਦੇਰ ਤੱਕ ਅਤੇ ਉਹਨਾਂ ਨੂੰ ਲੜਕੀਆਂ ਨੂੰ ਮੈਡੀਕਲ ਔਰ ਮਜਿਸਟਰੇਟ ਦੇ ਬਿਆਨਾਂ ਲਈ ਲੈ ਕੇ ਜਾ ਰਹੇ ਮੇਰੀ ਪੂਰਨ ਤਸੱਲੀ ਆ ਕਿ ਅੱਜ ਦੀ ਇਹ ਕਾਰਵਾਈ ਨਾਲ ਜਿਹੜਾ ਮੁਜਰਮਾਂ ਨੂੰ ਜਿਹੜੇ ਆ ਬਾਕੀ ਆ ਉਹਨਾਂ ਨੂੰ ਵੀ ਇਹਦੇ ਤੋਂ ਸਬਕ ਲੈਣਾ ਚਾਹੀਦਾ ਆ ਕਿ ਅਜਿਹੇ ਧਾਰਮਿਕ ਡੇਰਿਆਂ 'ਤੇ ਬੈਠ ਕੇ ਜਿਹੜਾ ਜਿੱਥੇ ਲੋਕ ਸ਼ਰਧਾ ਅਤੇ ਭਾਵਨਾ ਨਾਲ ਆਉਂਦੇ ਉੱਥੇ ਅਜਿਹੇ ਕੰਮ ਜਿਹੜੇ ਹੋਣਾ ਬਹੁਤ ਹੀ ਦੁੱਖਦਾਈ ਹੈ।